ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦੇਸ਼ ਵਿੱਚ ਸਭ ਤੋਂ ਵੱਡਾ ਜਿਹੜਾ ਅਹੁਦਾ ਹੁੰਦਾ ਹੈ ਪ੍ਰਾਈਮ ਮਿੰਿਸਟਰ ਸਾਹਿਬ ਦਾ ਅਹੁਦਾ ਬਾਤ ਚ ਆਉਂਦਾ ਹੈ ਸਭ ਤੋਂ ਵੱਡੇ ਦੇਸ਼ ਤੇ ਸੰਵਿਧਾਨਕ ਜਿਹੜੇ ਰੁਤਬੇ ਤੇ ਹੁੰਦੇ ਨੇ ਉਹ ਹੁੰਦੇ ਨੇ ਦੇਸ਼ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਆਫ ਅ ਕੰਟਰੀ ਕਈ ਦੇਸ਼ਾਂ ਵਿੱਚ ਤਾਂ ਹੈ ਹੀ ਸਾਡੇ ਦੇਸ਼ ਲੋਕਤੰਤਰੀ ਰਾਜ ਆ ਨਾ ਕਈਆਂ ਦੇਸ਼ਾਂ ਵਿੱਚ ਪ੍ਰੈਜ਼ੀਡੈਂਟ ਰੂਲ ਹੁੰਦਾ ਹੈ ਸਦਾਈ ਰਾਸ਼ਟਰਪਤੀ ਹੁੰਦਾ ਹੈ ਉਹ ਪ੍ਰਾਈਮ ਮਿਨਿਸਟਰ ਨਹੀਂ ਹੁੰਦਾ ਕਈਆਂ ਦੇਸ਼ਾਂ ਵਿੱਚ ਰਾਜਾ ਸ਼ਾਹੀ ਰਹੀ ਹੈ ਰਾਜੇ ਰਾਜ ਕਰਦੇ ਨੇ ਪਰ ਉਹ ਰਾਜਿਆਂ ਦਾ ਵੇਲਾ ਗਿਆ ਹੁਣ ਡੈਮੋਕ੍ਰੈਟਿਕ ਸੈਟਅਪ ਹੈ तकरीबन ਦੁਨੀਆ ਦੇ ਹਰ ਕੰਟਰੀ ਵਿੱਚ ਸਾਡੇ ਦੇਸ਼ ਵਿੱਚ ਹੈ ਕਿ ਇਲੈਕਟਿਡ ਗਵਰਨਮੈਂਟ ਹੁੰਦੀ ਹੈ ਪ੍ਰਾਈਮ ਮਿਨਿਸਟਰ ਹੁੰਦਾ ਅਸਲ ਵਿੱਚ ਸਾਰੇ ਅਧਿਕਾਰਾਂ ਨੂੰ ਵਰਤਣ ਵਾਲਾ ਪਰ ਸੰਵਿਧਾਨਕ ਮੁਖੀ ਜਿਹੜਾ ਤੇ ਤਿੰਨਾਂ ਫੌਜਾਂ ਦਾ ਮੁਖੀ 에ਅਰ ਫੋਰਸ ਨੇਵੀ ਤੇ ਇਨਫੈਂਟਰੀ ਇਹਨਾਂ ਤਿੰਨਾਂ ਫੌਜਾਂ ਦਾ ਮੁਖੀ ਤੇ ਦੇਸ਼ ਦਾ ਸਰਵਉੱਚ ਫਰਸਟ ਸਿਟੀਜ਼ਨ ਆਫ ਦਾ ਕੰਟਰੀ ਜਿਹਨੂੰ ਕਹਿੰਦੇ ਆ ਉਹ ਹੁੰਦਾ ਹੈ ਅਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਇਹਦੇ ਵਿੱਚ ਤਕਰੀਬਨ ਸਾਰੇ ਧਰਮਾਂ ਦੇ ਰਾਸ਼ਟਰਪਤੀ ਰਹੇ ਨੇ ਸਿੱਖ ਵੀ ਰਹੇ ਗਿਆਨੀ ਜ਼ੈਲ ਸਿੰਘ ਮੁਸਲਮਾਨ ਵੀ ਰਹੇ ਆ ਫਖਰੂਦੀਨ ਅਲੀ احمد ਇਸੇ ਤਰ੍ਹਾਂ ਡਾਕਟਰ ਜ਼ਾਕਰ ਹੁਸੈਨ ਤੇ ਹੋਰ ਵੀ ਰਹੇ ਨੇ ਇਸ ਤਰ੍ਹਾਂ ਦਲਿਤ ਬਹੁਤ ਰਹੇ ਨੇ ਬਾਬੂ ਰਜਿੰਦਰ ਪ੍ਰਸਾਦ ਤੇ ਪਹਿਲੇ ਜਨਰੇਸ਼ਨ ਇਸਤੋ ਰਾਮਨਾਥ ਕੁਵਿੰਦ ਤੇ ਹੁਣ ਜਿਹੜੇ ਨੇ ਇਹ ਲੇਡੀਜ਼ ਵੀਰਗੀਆਂ ਨੇ ਪ੍ਰਤਿਭਾ ਦੇਵੀ ਸਿੰਘ ਪਾਟਲ ਉਹ ਮਹਾਰਾਸ਼ਟਰ ਦੇ ਸੰ ਇਸ ਤਰ੍ਹਾਂ ਹੁਣ ਵੀ ਇੱਕ ਕਬਾਇਲੀ ਕਬਾਇਲੀ ਹੁੰਦੇ ਟ੍ਰਾਈਬਸ ਜਿਹੜੇ ਦੇਸ਼ ਕਬੀਲੇ ਪ੍ਰਾਣਿਕ ਕਬੀਲੇ ਹੁੰਦੇ ਸਨ ਉਹਨਾਂ ਨੂੰ ਅਤ ਪਛੜੇ ਲੋਕ ਕਿਹਾ ਜਾਂਦਾ ਪਰ ਇਹ ਹਾਈਲੀ ਕੁਆਲੀਫਾਈਡ ਨੇ ਬੜੇ ਪੜੇ ਲਿਖੇ ਨੇ ਬੜੇ ਬੜੀਆਂ ਡਿਗਰੀਆਂ ਨੇ ਇਹਨਾਂ ਕੋਲ ਸੰਜੀਦਾ ਨੇ ਚਿਰਾਂ ਤੋਂ ਸਿਆਸਤ ਵਿੱਚ ਨੇ ਤੇ ਵਿਚਾਰਧਾਰਾ ਜਿਹੜੀ ਪਾਰਟੀ ਦੀ ਹੈ ਬੀਜੇਪੀ ਦੀ ਉਹਦੇ ਨਾਲ ਵੀ ਜੁੜੇ ਹੋਇਆ ਸ਼੍ਰੀਮਤੀ ਦਰੋਪਦੀ ਮੁਰਮੂ ਡਾਕਟਰ ਸ਼੍ਰੀਮਤੀ ਦਰੋਪਦੀ ਮੁਰਮੂ ਬੜੇ ਪੜੇ ਲਿਖੇ ਔਰ ਬਾਜ਼ੌਕ ਇਹ ਸਿਆਣੇ ਨੇ ਸੰਜੀਦਾ ਨੇ ਤੇ ਉਹ ਦੇਸ਼ ਦੇ ਇਸ ਵੇਲੇ ਰਾਸ਼ਟਰਪਤੀ ਨੇ ਹੁਣ ਜੋ ਰਤਬਾ ਕੇਂਦਰ ਵਿੱਚ ਰਾਸ਼ਟਰਪਤੀ ਦਾ ਹੁੰਦਾ ਹੈ ਉਹ ਹਰ ਤਬਾ ਸੁਭਿਆ ਵਿੱਚ ਗਵਰਨਰ ਦਾ ਹੁੰਦਾ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਗਵਰਨਰ ਸ਼ੂਬਿਆਂ ਦੇ ਪੱਧਰ ਤੇ ਕਹਿੰਦੇ ਰਾਜਪਾਲ ਰਾਜਪਾਲ ਦਾ ਦਰਜਾ ਉਹੀ ਹੈ ਜੋ ਕੇਂਦਰ ਵਿੱਚ ਰਾਸ਼ਟਰਪਤੀ ਦਾ ਹੈ ਸ਼ੂਬਿਆਂ ਵਿੱਚ ਗਵਰਨਰਤਾ ਜਾਂ ਰਾਜਪਾਲ ਦਾ ਉਹ ਸੰਵਿਧਾਨਕ ਮੁਖੀ ਹੁੰਦਾ ਸਟੇਟ ਦਾ ਤੇ ਹਕੂਮਤ ਚਲਾਉਂਦੇ ਨੇ ਸ਼ੂਬਿਆਂ ਦੇ ਮੁੱਖ ਮੰਤਰੀ ਇੱਕ ਤਾਂ ਗਵਰਨਰ ਨਾਲ ਬਾਰੇ ਇਹ ਇੱਕ ਉਹ ਮੋਢੀ ਧਾਰਨਾ ਬਣੀ ਹੋਈ ਹੈ ਔਰ ਹੈ ਵੀ ਕਾਫੀ ਹੱਦ ਤੱਕ ਸਹੀ ਕਿਉਂਕਿ ਇਹ ਜੇ ਵਰਤਾਰੇ ਇਥੇ ਵਰਤੇ ਜ ਰਹੇ ਨੇ ਨਿਤ ਕਿ ਰਾਸ਼ਟਰਪਤੀ ਆਮ ਤੌਰ ਤੇ ਉਹਨੂੰ ਹੀ ਲਾਉਂਦੀਆਂ ਨੇ ਸਰਕਾਰਾਂ ਜਿਹੜਾ ਉਹਨਾਂ ਦਾ ਭਰੋਸੇਮੰਦ ਹੋਵੇ ਤੇ ਹੱਥ ਠੋਕਾ ਹੋਵੇ ਜਿਹਨੂੰ ਮੌਕੇ ਤੇ ਵਰਤ ਸਕਣ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਤੇ ਇੰਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਸਨ ਤੇ ਉਹ ਉਹੀ ਗਵਰਨਰ ਲਾਉਂਦੇ ਸੀ ਜਿਨ੍ਹਾਂ ਨੂੰ ਉਹ ਵਰਤ ਸਕਣ ਕਾਦੇ ਲਈ ਜਿਹੜੀ ਸਰਕਾਰ ਨੂੰ ਡਿਸਲਾਈਕ ਕਰਦੇ ਸੀ ਖਾਸ ਪੰਜਾਬ ਵਿੱਚ ਤਾਂ ਬਹੁਤ ਵਾਰੀ ਹੋਇਆ ਨਾ ਦੇਸ਼ ਵਿੱਚ ਸਭ ਤੋਂ ਵੱਧ ਵਾਰ ਰਾਸ਼ਟਰਪਤੀ ਰਾਜ ਪ੍ਰਜਨ ਰੂ ਤੇ ਲੱਗਾ ਤੋਂ ਪੰਜਾਬ 'ਚ ਲੱਗਾ ਪੰਜਾਬ 'ਚ 9 ਵਾਰ ਰਿਕਾਰਡ ਹੈ 9 ਵਾਰ ਰਾਸ਼ਟਰਪਤੀ ਰਾਜ ਲੱਗਾ ਵੱਖ-ਵੱਖ ਸਮੇਂ ਤੇ ਅਕਾਲੀ ਦਲ ਦੀਆਂ ਸਰਕਾਰਾਂ ਸ਼੍ਰੀਮਤੀ ਗਾਂਧੀ ਟਾਲਰੈਟ ਨਹੀਂ ਸੀ ਕਰਦੇ ਕੋਈ ਨਾ ਕੋ ਬਹਾਨਾ ਲੱਭ ਕੇ ਉਹ ਸਰਕਾਰ ਨੂੰ 2 ਸਾਲ ਬਾਅਦ 2 ਸਾਲ ਬਾਅਦ ਤੋੜ ਦਿੰਦੇ ਸੀ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੰਦੇ ਸੀ ਤੇ ਰਾਸ਼ਟਰਪਤੀ ਫਿਰ ਉਹੀ ਕੰਮ ਕਰਾਉਂਦੇ ਸੀ ਜੋ ਉਹ ਚਾਹੁੰਦੇ ਸਨ ਇਹ ਬਾ ਚੋਣਾਂ ਕਰਵਾ ਜਿੰਦੇ ਸੀ ਤੇ ਚੋਣਾ ਦੇ ਵਿੱਚ ਫਿਰ ਕਾਂਗਰਸ ਦਿੱਤਿਆਂ ਦੀ ਸੀ ਕਿਉਂਕਿ ਰਾਜਪਾਲ ਉਹੀ ਕੰਮ ਕਰਦੇ ਸੀ ਜਿਹੜੇ ਪਾਰਟੀ ਦੀ ਗਰਾਊਂਡ ਤਿਆਰ ਕਰਨ ਚੋਣਾ ਵਿੱਚ ਜਿੱਤ ਵਾਸਤੇ ਤਾਂ ਇਹ ਉਹਦਾ ਬਹੁਤ ਮਹੱਤਵਪੂਰਨ ਹੈ ਹੁਣ ਪੰਜਾਬ ਦੇ ਮੁੱਖ ਜਿਹੜੇ ਪ੍ਰਸ਼ਾਸਕ ਨੇ ਜਾਂ ਰਾਜਪਾਲ ਨੇ ਉਹਨਾਂ ਦਾ ਨਾਂ ਕੁਝ ਰਾਜਪਾਲ ਐਸੇ ਵੀ ਹੋਏ ਪੰਜਾਬ ਵਿੱਚ ਜਿਹਨਾਂ ਨੂੰ ਲੋਕ ਹੁਣ ਤੱਕ ਯਾਦ ਕਰਦੇ ਆ ਇੱਕ ਤਾਂ ਡਾਕਟਰ ਸ਼ੰਕਰदयाल ਸ਼ਰਮਾ ਜਿਹੜੇ ਬਾਦੂ ਦੇਸ਼ ਦੇ ਰਾਸ਼ਟਰਪਤੀ ਦੇ ਉਚੋ ਦੇ ਤੱਕ ਪਹੁੰਚੇ ਉਹ ਬੜੇ ਅੰਦਰ ਪੱਖਦੇ ਹਸਨ ਇੱਕ ਸਾਢੇ ਸੂਬੇ ਦੇ ਹਰਿਆਣੇ ਦੇ ਗਵਰਨਰ ਜਾ ਕੇ ਬਣੇ ਸਰਦਾਰ ਹਰਚਰਨ ਸਿੰਘ ਬਰਾੜ ਉਹਨਾਂ ਨੂੰ ਵੀ ਲੋਕ ਉੱਥੋਂ ਦੇ ਹਰਿਆਣੇ ਦੀ ਯਾਦ ਕਰਦੇ ਮੈਂ ਪੰਜਾਬ ਦੀ ਗੱਲ ਕਰਦਾ ਇੱਕ ਹੋਏ ਨੇ ਇੱਥੇ ਗਵਰਨਰ ਬੀਡੀ ਪਾਂਡੇ ਇਹ 1984 ਦਾ ਜਦੋਂ ਕਾਲਾ ਦੌਰ ਸੀ ਉਦੋਂ ਇਹ ਸਨ ਪੰਜਾਬ ਦੇ ਰਾਜਪਾਲ ਥੋੜੇ ਸਮੇਂ ਬਾਅਦ ਸੱਚ ਬੋਲਣ ਕਰਕੇ ਇਹਨਾਂ ਨੇ ਕਿਹਾ ਮੇਰੀ ਜ਼ਮੀਰ ਰਾਜਸਿਨੀ ਦਿੰਦੀ ਇਹ ਚਲੇ ਗਏ ਸੀ ਇਸਤੀਫਾ ਦੇ ਕੇ ਇਹਨਾਂ ਨੇ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕਹੀਆਂ ਜੇ ਉਹਨਾਂ ਤੇ ਅਮਲ ਕੀਤਾ ਜਾਂਦਾ ਤੇ 1984 ਦੀ ਤ੍ਰਾਸਤੀ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਸੀ ਪਰ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਪਰ ਉਹ ਫਿਰ ਵੀ ਆਪਣੀ ਕਿਤਾਬ ਜਿਹੜੀ ਪਿੱਛੇ ਜਿਹਾ ਛਾਇਆ ਹੋਈ ਹੈ ਉਹਦੇ ਵਿੱਚ ਬਹੁਤ ਬਹੁਤ ਸਾਰਾ ਸੱਚ ਉਹ ਬਿਆਨ ਕਰ ਗਏ ਨੇ ਸੱਚੀਆਂ ਗੱਲਾਂ ਇਹ ਜਿਹੜੀਆਂ ਬੈਲੈਂਸ ਗੱਲਾਂ ਨੇ ਇਮਪਾਰਸ਼ਲ ਗੱਲਾਂ ਨੇ ਨਿਰਪੱਖ ਗੱਲਾਂ ਨੇ ਉਹ ਉਹਦੇ ਵਿੱਚ ਲਿਖੇ ਗਏ ਨੇ ਆਪਣੀ ਕਿਤਾਬ ਵਿੱਚ ਖੁਲਾਸੇ ਕਰਕੇ ਗਏ ਬੀ.ਡੀ. ਪਾਂਡੇ ਨੂੰ ਲੋਕ ਯਾਦ ਕਰਦੇ ਨੇ ਹੁਣ ਜਿਹੜੇ ਸਾਡੇ ਰਾਜਪਾਲ ਨੇ ਇਹ ਨੇ ਸ਼੍ਰੀ ਬਨਵਾਰੀ لال ਪੁਰੋਹਤ ਇਹਨਾਂ ਬਾਰੇ ਇਹ ਕਿਹਾ ਜਾਂਦਾ ਪਹਿਲੇ ਦਿਨ ਤੋਂ ਇਹਨਾਂ ਦੀ ਨਿਯੁਕਤੀ ਵਾਲੇ ਦਿਨ ਤੋਂ ਕਿ ਟੋੜ ਕੇ ਆਇੰ ਚੰਗੀ ਤਰ੍ਹਾਂ ਟੂੰਡ ਭਾਲ ਕੇ ਇਹਨਾਂ ਨੇ ਇਹੋ ਜਿਹਾ ਇੱਕ ਰਾਜਪਾਲ ਪੰਜਾਬ ਵਿੱਚ ਲਾਇਆ ਹੈ ਜਾਂ ਸਤਕਾਰ ਨਾਲ ਕਹੀ ਹੈ ਤਾਂ ਇਹੋ ਜਿਹਾ ਰਾਜਪਾਲ ਦੀ ਨਿਯੁਕਤੀ ਕੀਤੀ ਹੈ ਜਿਹੜੇ ਪੂਰੀ ਤਰ੍ਹਾਂ RSS ਦੀ ਵਿਚਾਰਧਾਰਾ ਦੇ ਭਗਤ ਨੇ ਪ੍ਰਣਾਏ ਹੋਏ ਨੇ ਉਸ ਵਿਚਾਰਧਾਰਾ ਨੂੰ ਤੇ ਖਾਸ ਤੌਰ ਤੇ ਕੇਂਦਰ ਵਿੱਚ ਤੇ ਬਹੁਤ ਸਾਰੇ ਸੂਬਿਆਂ ਵਿੱਚ ਜਿਹੜੀ ਤਾਕਤਵਰ ਹੁਕਮਰਾਨ ਪਾਰਟੀ ਹੈ ਉਹਦੇ ਇਹ ਇਸ਼ਾਰਿਆਂ ਤੇ ਚੱਲਦੇ ਨੇ ਉਹਦੀਆਂ ਨੀਤੀਆਂ ਨੂੰ ਉਹਦੇ ਨਿਰਦੇਸ਼ਾਂ ਨੂੰ ਇਹ ਕਦੇ ਵੀ ਅਣਡਿੱਠ ਨਹੀਂ ਕਰਦੇ ਬਲਕਿ ਉਹਨਾਂ ਨੂੰ ਲਾਗੂ ਕਰਦੇ ਨੇ ਪਹਿਲਾਂ ਮੈਂ ਗੱਲ ਕੀਤੀ ਸੀ ਵੀ ਕੁਝ ਰਾਜਪਾਲ ਇਹੋ ਜਿਹੇ ਨੇ ਕਦੀ ਕੋਈ ਤੁਸੀਂ ਐਸਾ ਰਾਜਪਾਲ ਦੇਖਿਆ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਜਿਹੜਾ ਲਾਇਆ ਤਾਂ ਹੋਵੇ ਐਨਡੀਐ ਸਰਕਾਰ ਨੇ ਨਾਰਥ-ਈਸਟ ਵਿੱਚ ਸਤੇਪਾਲ ਮਾਲਕ ਸੀਗੇ ਉਹ ਹੁਣ ਜਾਟਾਗੂ ਸੀਗੇ ਉਹ ਰਿਟਾਇਰ ਹੋ ਗਏ ਹੁਣ ਉਹ ਪੰਜਾਬ ਦੀ ਤੇ ਸਿੱਖਾਂ ਦੀ ਗੱਲ ਵੀ ਡਟ ਕੇ ਕਰਦੇ ਸੀ ਆ ਬੰਦੀ ਸਿੰਘਾਂ ਦੀ ਜਿਹਨਾਂ ਵਾਸਤੇ ਮੋਰਚਾ ਲੱਗਾ ਹੋਇਆ ਹੋਰ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਸੀ ਤੇ ਖੁੱਲ ਕੇ ਜੋ ਉਹਨਾਂ ਦੇ ਮਨ 'ਚ ਆਉਂਦਾ ਸੀ ਉਹ ਸੱਚਾ ਔਰ ਕੇਂਦਰ ਸਰਕਾਰ ਕਮਾਲ ਦੀ ਗੱਲ ਉਹਨਾਂ ਨੂੰ ਹਟਾ ਨਹੀਂ ਸਕੀ ਅਹੁਦੇ ਤੋਂ ਆਪਣੀ ਟਰਮ ਪੂਰੀ ਕਰਕੇ ਉਹ ਰਿਟਾਇਰ ਹੋਏ ਨੇ ਤੇ ਹੁਣ ਫਿਰ ਸਰਗਰਮ ਸਿਆਸਤ ਵਿੱਚ ਫਿਰ ਆ ਰਹੇ ਆ। ਸਵਾਗਤ ਹੈ ਇਹੋ ਜਿਹੇ ਲੋਕਾਂ ਦਾ। ਹੁਣ ਗੱਲ ਕਰੀਏ ਕਿ ਪੰਜਾਬ ਵਿੱਚ ਜਿਹੜਾ ਇੱਕ ਇਨਕਲਾਬ ਆਇਆ ਸੀ ਪਿੱਛੇ ਪਿਛਲੇ ਚੋਣਾਂ ਵਿੱਚ ਕਿ ਬਹੁਤ ਵੱਡੀ ਗਿਣਤੀ ਵਿੱਚ 92 ਸੀਟਾਂ ਜਿੱਤ ਕੇ 68 ਕੇਜਰੀ ਵਾਲ ਦੀ ਇੱਕ ਪਾਰਟੀ ਜਿਹੜੀ ਜਿਹੜੀ ਪਹਿਲਾਂ ਤੋਂ ਹਕੂਮਤ ਕਾਬਜ਼ ਸੀ ਯੂਟੀ ਯੂਨੀਅਨ ਟੈਰੀਟਰੀ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਵਿੱਚ ਦੂਜੀ ਵਾਰੀ ਮੁੱਖ ਮੰਤਰੀ ਬਣੇ ਇੱਥੇ ਪਹਿਲੀ ਵਾਰੀ ਇਹਨਾਂ ਨੂੰ ਪਿਛਲੀ ਵਾਰੀ ਬਣਦੀ-ਬਣਦੀ ਰਹੀ ਸੀ ਐਸਕੀ ਨੇ ਸਰਕਾਰ ਬਣ ਗਈ ਬਹੁਤ ਵੱਡੀ ਬਹੁ ਗਿਣਤੀ ਨਾਲ ਕੋਈ ਖਤਰਾ ਨਹੀਂ ਸਰਕਾਰ ਨੂੰ ਲੋਕ ਵੀ ਪੂਰਾ ਸਾਥ ਦਿੰਦੇ ਪਰ ਜੇ ਸਰਕਾਰ ਆਪਣੇ ਕੀਤੇ ਵਾਅਦੇ ਤੇ ਅਮਲ ਕਰਦੀ ਜੋ ਜੋ ਕੇਜਰੀਵਾਲ ਨੇ ਜ਼ਬਾਨੀ ਗਰੰਟੀ ਦਿੱਤੀ ਸੀ ਉਹਨਾਂ ਤੇ ਅਮਲ ਕਰਦੀ ਖਾਸ ਤੌਰ ਤੇ ਜਿਹੜੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਹੁਤ ਵੱਡਾ ਮਸਲਾ ਹੈ ਕਲੰਕ ਹੈ ਪੰਜਾਬ ਦੇ ਸਿਰ ਤੇ ਪੰਜਾਬ ਦੇ ਮੱਥੇ ਤੇ ਪਰ ਫਿਰ ਵੀ ਪੰਜਾਬ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਜਿਹੜੀ ਅਸੀਂ ਮੰਡੇਟ ਦੇ ਕੇ ਸਰਕਾਰ ਬਣਾਈ ਆ ਉਹ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜੇ ਹੋਏ ਗਵਰਨਰ ਸਾਹਿਬ ਅਸਰ ਕਰਨ ਦੀ ਕੋਸ਼ਿਸ਼ ਕਰਨ ਉਹ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਜਾਂ ਉਹ ਸਰਕਾਰ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦੇਣ ਇਹ ਲੋਕ ਇਸ ਗੱਲ ਨੂੰ ਸਮਝਦੇ ਨੇ ਫਿਰ ਕੋਜਿਕ ਬੁੱਧੀਜੀਵੀ ਜਿਹੜੇ ਇਹ ਸਵਾਲ ਉਠਾਰਿਆ ਕਿ ਜਿਵੇਂ ਬਾਰਡਰ ਸਕਿਉਰਿਟੀ ਫੋਰਸ ਦਾ ਬੀਆ ਸ਼ਬਦਾ ਕੀ ਰਹਾ ਬਧਾਇਆ ਗਿਆ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਵਿੱਚ ਕਹਿੰਦੇ ਜੀ ਬਹੁਤ ਉਧਰੋਂ ਨਸ਼ਾ ਆ ਰਿਹਾ ਪਾਕਿਸਤਾਨ ਤੋਂ ਹਥਿਆਰ ਆ ਰਹੇ ਨੇ ਡਰੋਨ ਆ ਰਹੇ ਨੇ ਇਸ ਕਰਕੇ ਇਹਦੀ ਜਿਹੜੀ ਹਫਾਜ਼ਤਾ ਉਹ ਪੰਜਾਬ ਪੁਲਿਸ ਹੀ ਕਰ ਸਕਦੀ ਬੀਆ ਸ਼ਬਦਾ ਕੀ ਰਹਾ ਬਧਾਇਆ ਜਾਵੇ ਬਹੁਤ اپੋਜੀਸ਼ਨ ਹੋਈ ਇਸ ਗੱਲ ਦੀ ਵਿਰੋਧਤਾ ਹੋਈ اپੋਜ਼ ਕੀਤਾ ਗਿਆ ਪਰ ਉਹ ਕਹਿੰਦੇ ਗਵਰਨਰ ਸਾਹਿਬ ਇੱਥੇ ਕਿਉਂ ਨਹੀਂ ਬੋਲਦੇ ਨਸ਼ਾ ਤਾਂ ਹੁਣ ਵੀ ਆ ਰਿਹਾ ਰੇਤ ਮਾਫੀਆ ਉਹ ਵੀ ਚੱਲ ਰਿਹਾ ਸਾਰੇ ਕਮ ਹੋਏ ਚੱਲ ਰਹੇ ਨੇ ਹਥਿਆਰ ਵੀ ਹੋਏ ਆ ਰਹੇ ਕਤਲੋਕਾਰਤ ਵੀ ਇਸ ਤਰ੍ਹਾਂ ਹੋ ਰਹੀ ਆ ਗਵਰਨਰ ਸਾਹਿਬ ਕਿਉਂ ਚੁੱਪ ਨੇ ਪੰਜਾਬ ਦੇ ਐਸਵਾਈਐਲ ਦੇ ਮੁੱਦੇ ਤੇ ਕਨਸਟੀਟਿਊਸ਼ਨ ਹੈ ਦੇ ਤੌਰ ਤੇ ਗਵਰਨਰ ਸਾਹਿਬ ਦਾ ਫਰਜ਼ ਬਣਦਾ ਪੰਜਾਬ ਦੇ ਹਿੱਤਾਂ ਦੀ ਜਾਂ ਕਿਸੇ ਵੀ ਸਟੇਟ ਦੇ ਹਿੱਤਾਂ ਦੀ ਰਾਖੀ ਕਰਨੀ ਉੱਥੇ ਦੇ ਗਵਰਨਰ ਦਾ ਫਰਜ਼ ਬਣਦਾ ਹੈ ਗਵਰਨਰ ਦਾ ਜਿਹੜਾ ਫਰਜ਼ ਅਹੁਦਾ ਇਹ ਬਹੁਤ ਮੈਂ ਪਹਿਲਾਂ ਵੀ ਕਿਹਾ ਸਨਮਾਨਯੋਗ ਅਹੁਦਾ ਹੈ ਜਿਹੜੇ ਗਵਰਨਰਾਂ ਦੇ ਮੈਂ ਨਾਂ ਲਏ ਨੇ ਮੀਡੀ ਪਾਂਡੇ ਹੋਏ ਆ ਸ਼ੰਕਰਦੇਵਾਲ ਸ਼ਰਮਾ ਹੋਏ ਆ ਜਨਰਲ ਓਪੀ ਮਲਹੋਤਰਾ ਹੋਇਆ ਇੱਕ ਗਵਰਨਰ ਬਹੁਤ ਇਮਾਨਦਾਰ ਗਵਰਨਰ ਸਨ ਵਦਿਆ ਜਨਰਲ ਬੀਕੇ ਐਨ ਛੱਬਰ ਹੋਇਆ ਇਹਨਾਂ ਨੂੰ ਰੋਕ ਯਾਦ ਕਰ ਦੇਨੇ ਇੱਕ ਸੁਰਿੰਦਰਨਾਥ ਹੋਇਆ ਉਹ ਹਰ ਵੇਲੇ ਦਸਮ ਪਾਸ਼ਾ ਦੀ ਤਸਵੀਰ ਪਿੱਛੇ ਲਾ ਕੇ ਰੱਖਦੇ ਹੁੰਦੇ ਸੀ ਹਾਸੇ ਚ ਮਾਰੇ ਗਏ ਸੀ ਹਾਂ ਕੋਈ ਕੰਮ ਕਰ ਜੋ ਬਈ ਚੰਗਾ ਐਸ ਵੀਰੇ ਤੁਹਾਨੂੰ ਰੱਬ ਨੇ ਗਵਰਨਰਰੀ ਬਖਸ਼ੀ ਹੈ ਅਸੀਂ ਸਤਿਕਾਰ ਕਰਦੇ ਹਾਂ ਇਸ ਅਹੁਦੇ ਦਾ ਬਹੁਤ ਵੱਡਾ ਅਹੁਦਾ ਹੈ ਪਰ ਉਹਨਾਂ ਨੂੰ ਪੰਜਾਬ ਸਰਕਾਰ ਦੇ ਨਾਲ ਟਕਰਾਓ ਵਾਲੀ ਨੀਤੀ ਤੇ ਨਹੀਂ ਚੱਲਣਾ ਚਾਹੀਦਾ ਹਾਲਾਂਕਿ ਪੰਜਾਬ ਸਰਕਾਰ ਵੀ ਲੋਕਾਂ ਨੂੰ ਇਨਸਾਫ ਦੇਣ ਵਿੱਚ ਆਪਣੇ ਕੀਤੇ ਵਾਅਦੇ ਪੂਰੇ ਕਰਨ ਵਿੱਚ ਚਾਹੇ ਉਹ ਸਮਾਜਿਕ ਵਾਅਦੇ ਹੋਣ ਚਾਹੇ ਧਾਰਮਿਕ ਵਾਅਦੇ ਹੋਣ ਚਾਹੇ ਰਾਜਸੀ ਵਾਅਦੇ ਹੋਣ ਚਾਹੇ ਆਰਥਿਕ ਵਾਅਦੇ ਹੋਣ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਹਾਲੇ ਤੱਕ ਨਾਕਾਮ ਹੀ ਹੈ ਪੰਜਾਬ ਸਰਕਾਰ ਦੇ ਦੀ ਪੰਡ ਵੀ ਵੱਧਦੀ ਜਾ ਰਹੀ ਹੈ ਗਵਰਨਰ ਸਾਹਿਬ ਕਹਿ ਕੇ ਇਹディਸਲ ਭਾਵਨਾ ਨਾਲ ਦੀ ਕੇਂਦਰ ਸਰਕਾਰ ਨਾਲ ਕੋਈ ਪੈਕੇਜ ਲੈ ਦੇਣ ਪੰਜਾਬ ਨੂੰ ਇਸ ਤਰ੍ਹਾਂ ਗਵਰਨਰ ਸਾਹਿਬ ਨੂੰ ਬੇਨਤੀ ਹੈ ਜ਼ਾਤੀ ਤੌਰ ਤੇ ਵੀ ਔਰ ਪੰਜਾਬ ਪੱਖੀ ਲੋਕਾਂ ਵੱਲੋਂ ਵੀ ਲੋਕ ਮਿਲਦੇ ਰਹਿੰਦੇ ਨੇ ਕਿ ਉਹ ਪੰਜਾਬ ਦੇ ਹਿੱਤਾਂ ਵੱਲ ਧਿਆਨ ਦੇਣ ਤੇ ਸਰਕਾਰ ਨਾਲ ਟਕਰਾਅ ਦੀ ਨੀਤੀ ਜਿਹੜੀ ਉਹ ਨਾ ਅਪਣਾਉਣ ਤੇ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਔਰ ਖਾਸ ਤੌਰ ਤੇ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਜਿਹੜਾ ਇੱਕ ਹੈਲਮਟ ਪਾਉਣ ਦਾ ਸਿਕਰੇਜਮੈਂਟਸ ਵਿੱਚ ਇਹ ਫਰਮਾਨ ਜਾਰੀ ਕੀਤਾ ਗਿਆ ਉਹਨੂੰ ਰੱਦ ਕਰਾਉਣ ਵਿੱਚ ਇਹ ਆਪਣਾ ਯੋਗਦਾਨ ਜੇ ਪਾਉਂਦੇ ਨੇ ਤਾਂ ਪੰਜਾਬ ਦੇ ਲੋਕ ਜਿਹੜੇ ਪਹਿਲੇ ਗਵਰਨਰਾਂ ਦੇ ਨਾਮ ਲੈ ਉਹਨਾਂ ਵਾਂਗ ਇਹਨਾਂ ਨੂੰ ਵੀ ਹਮੇਸ਼ਾ ਅਦਬ ਸਤਕਾਰ ਨਾਲ ਯਾਦ ਰੱਖਣਗੇ ਤੇ ਇਹਨਾਂ ਦਾ ਨਾਮ ਜਦੋਂ ਲੈਣਗੇ ਬੜੇ ਸਲੀਕੇ ਨਾਲ ਤੇ ਬੜੇ ਪਿਆਰ ਨਾਲ ਲੈਣਗੇ ਇਹ ਸਾਡੀ ਉਹਨਾਂ ਨੂੰ ਬੇਨਤੀ ਹੈ ਇਸ ਦੇ ਨਾਲ ਹੀ ਐਪੀਸੋਡ ਸਮਾਪਤ ਕਰਨ ਦੀ ਅੱਗੇ ਜੋ ਇੱਕ ਸ਼ਮਾ ਹੁੰਦਾ ਹੈ ਬਹੁਤ-ਬਹੁਤ ਧੰਨਵਾਦ ਐਪੀਸੋਡ ਵੇਖਣ ਵਾਸਤੇ ਆਪ ਸਭ ਨੂੰ ਆਦਾ